ਰਾਤ ਮੈਨੂੰ ਗੱਲ ਯਾਦ ਆਈ। ਇਹ ਤਾਂ ਸਾਰੇ ਜਾਣਦੇ ਨੇ ਕਿ ਪੀਰ ਬੁੱਲੇ ਸ਼ਾਹ ਅਤੇ ਹਜ਼ਰਤ ਵਾਰਿਸ ਸ਼ਾਹ ਉਸਤਾਦ ਭਾਈ ਸਨ। ਹਜ਼ਰਤ ਵਾਰਿਸ ਸ਼ਾਹ ਨੇ ਕਿਤਾਬ ਪੂਰੀ ਕਰ ਲਈ ਹੀਰ ਦੀ ਅਤੇ ਬੁੱਲੇ ਸ਼ਾਹ ਨੇ ਨੱਚ ਕੇ ਯਾਰ ਨੂੰ ਮਨਾ ਲਿਆ। ਦੋਨੋਂ ਲਾਹੌਰ ਮਿਲ ਪਏ, ਕਹਿੰਦੇ ਯਾਰ ਉਸਤਾਦ ਨੂੰ ਵੀ ਮਿਲੀਏ ਚਲੋ। ਜਦੋਂ ਉਸਤਾਦ ਨੂੰ ਮਿਲਣ ਵਾਸਤੇ ਗਏ, ਉਸਤਾਦ ਵੇਖ ਕੇ ਕਹਿੰਦਾ ਲਾ ਬਈ ਦੋਨੋਂ ਹੀ ਸ਼ਗਿਰਦ ਮੇਰੇ ਲਾਇਕ ਨੇ, ਇੱਕ ਬੁੱਢੀਆਂ ਦੀ ਕਹਾਣੀ ਲਿਖ ਕੇ ਆ ਗਿਆ, ਇੱਕ ਤਬਲੇ ਸੁਰੰਗੀਆਂ ਚੱਕਦਾ ਆ ਗਿਆ। ਹਜ਼ਰਤ ਵਾਰਿਸ ਸ਼ਾਹ ਹੱਸ ਕੇ ਕਹਿਣ ਲੱਗੇ ਉਸਤਾਦ ਜੀ ਜਿਹੜੀ ਮੈਂ ਕਿਤਾਬ ਲਿਖੀ ਹੈ ਇੱਕ ਸ਼ੇਰ ਸੁਣਾਵਾਂ। ਉਹਨੇ ਕਿਹਾ ਸੁਣਾ ਦੇ। ਅਤੇ ਹਜ਼ਰਤ ਵਾਰਿਸ ਸ਼ਾਹ ਸ਼ੇਰ ਸੁਣਾਉਂਦੇ ਕਹਿੰਦੇ ਹਜ਼ੂਰ, ਵਾਰਿਸ ਸ਼ਾਹ ਕਹਿੰਦੇ ਜਦੋਂ ਜੋਗ ਲੈਣ ਆਇਆ ਜੋਗੀ ਅਤੇ ਗੁਰੂ ਗੋਰਖਨਾਥ ਕਹਿੰਦਾ ਇਹ ਜੋਗ ਹੈ ਕੰਮ ਨਿਰਾਸਿਆਂ ਦਾ, ਤੁਸਾਂ ਜੱਟਾਂ ਕੀ ਜੋਗ ਕਮਾ ਬਣਾਵੇ। ਇਹ ਮੂੰਹ ਵਿੱਚ ਸ਼ੇਰ ਸੀ ਤਾਂ ਉਸਤਾਦ ਕਹਿਣ ਲੱਗਾ ਮੇਰੇ ਵਜੂਦ ਨੂੰ ਅੱਗ ਲੱਗ ਗਈ ਹੈ, ਮੇਰੇ 'ਤੇ ਪਾਣੀ ਪਾਓ। ਉਸਤਾਦ ਹੱਸ ਕੇ ਕਹਿੰਦਾ ਵਾਰਿਸ ਸ਼ਾਹ ਇਹ ਕੀ ਕੀਤਾ, ਮੂੰਜ ਦੀ ਰੱਸੀ ਵਿੱਚ ਮੋਤੀ ਪਰੋ ਕੇ ਲੈ ਆਇਆ। ਹੱਸ ਕੇ ਫਰਮਾਇਆ ਅਬੁੱਲਿਆ ਤੂੰ ਕੀ ਕਰਕੇ ਆਇਆ, ਤੂੰ ਵੀ ਦੱਸ। ਅਤੇ ਹਜ਼ਰਤ ਬੁੱਲੇ ਸ਼ਾਹ ਕਹਿੰਦੇ ਨਾਮੇ ਮੋਮਨ ਵਿੱਚ ਮਸੀਤਾ, ਵਿੱਚ ਮਸੀਤਾ ਨਾਮੇ ਮੋਹਮਨ ਵਿੱਚ ਮਸੀਤਾ, ਓਏ ਨਾਮੇ ਮੋਹਮਨ ਵਿੱਚ ਮਸੀਤਾ ਨਾਮੇ ਵਿੱਚ ਫਰਦੀਆਂ ਦੀਤਾ, ਨਾਮੇ ਪਾਕਾ ਵਿੱਚ ਪਲੀਤਾ ਨਾ ਮੂਸਾ ਫਿਰਿਆਉਣ ਬੁਲਿਆ ਕੀ ਜਾਣਾ ਮੈਂ ਕੌਣ, ਤੈਨੂੰ ਕੌਣ ਲਗਾਵੇ ਪਾਰ ਬਿਨਾ ਗੁਰ ਬਿਨਾ ਗੁਰ ਆਪਣੇ, ਕੋਈ ਯਾਰ
गल हो गई बहुत चंगेरी जी, अभी पासी मेरी की गल हो गई बहुत चंगेरी जी, गल ना मेरी ना तेरी जी गल हो गई बहुत चंगेरी जी, गुर शब्द पढ़ाया इल्म अग्गे ओथे किसे दा पता न लगे, ओथे पंडित आलम दर्द सबे पंडित आलम दर्द सबे देख के घूमन केरी जी, होला बहुत ख्वाहे बिना गुर अपने बिना गुर अपने सजना तै होला बहुत ख्वाहे बिना गुर अपने बिना गुर अपने हाय तै होला बहुत ख्वाहे।
शासन कहा।